ਮੈਨੂੰ ਤਾਂ ਬਾਪੂ ਦਾ ਬਾਲਾ ਡਰ ਲੱਗੇ ਹੁੰਦਾ, ਮੈਂ ਕੀ ਕਹੂੰਗਾ। ਉਹ ਹਾਂ ਨੂੜਾ, ਤੇਰਾ ਰਿਜ਼ਲਟ ਦਾ ਕੀ ਬਣਿਆ? ਓ ਨੋ ਯਾਰ, ਡਾਕਟਰ ਦਾ ਮੁੰਡਾ ਫੇਲ ਹੋ ਗਿਆ। ਉਹ ਤਾਂ ਠੀਕ ਆ, ਤੇਰੇ ਰਿਜ਼ਲਟ ਦਾ ਕੀ ਬਣਿਆ? ਬਾਪੂ ਯਾਰ, ਸਰਪੰਚ ਦੀ ਕੁੜੀ ਵੀ ਫੇਲ ਹੋ ਗਈ। ਉਹ ਸਾਲਿਆ ਸਰਪੰਚ ਦਾ, ਤੂੰ ਆਪਦਾ ਦੱਸ ਤੇਰਾ ਕੀ ਬਣਿਆ? ਤੂੰ ਕਹਿੰਦਾ ਦੇਸੀ ਲੱਗਾ, ਤੇਰੇ ਵਾਲਾ ਵੀ ਫੇਲ ਹੋ ਗਿਆ। ਮੇਰੀ ਸੁਣਦਾ ਗੱਲ, ਉੱਥੇ ਜਾ ਕੇ ਭਕਾਈ ਨਾ ਮਾਰਨ ਲੱਗ ਜੀ। ਨਹੀਂ ਮਾਰਦਾ। ਹੋਰ ਦੱਸਣਾ ਕਿਵੇਂ ਤਾਇਆ ਤੇਰਾ, ਠੀਕ ਆ? ਪਹਿਲਾਂ ਖੰਗ ਲੱਗੀ ਸੀ, ਉਹ ਤਾਂ ਹੌਲੀ ਹੌਲੀ ਰੁਕ ਗਈ ਆ, ਬਸ ਹੁਣ ਸਾਹ ਔਖੇ ਔਖੇ ਜਿਹੇ ਲੈਂਦਾ। ਕੋਈ ਨਾ ਭੈਣੇ, ਇਹ ਖੰਗ ਰੁਕ ਗਈ ਆ, ਫਿਰ ਹੌਲੀ ਹੌਲੀ ਸਾਹ ਵੀ ਰੁਕ ਜਾਣਗੇ। ਲੱਤਾਂ ਕੱਟ। ਕਟਾਵਾਂ ਲੱਤਾਂ? ਇੱਧਰ ਆ, ਮੇਰੇ ਸਵਾਲ ਦਾ ਜਵਾਬ ਦੇ। ਹਾਂਜੀ ਸਰ ਜੀ। ਕੀਤੇ ਕਿਰਾਏ ਤੇ ਪਾਣੀ ਪਾ ਦੇਣਾ, ਇਹਦਾ ਅਰਥ ਦੱਸ ਕੀ ਆ? ਇਹਦਾ ਅਰਥ ਟੱਟੀ ਕਰਕੇ ਉਹ ਤੇ ਪਾਣੀ ਡੋਲ ਦੇਣਾ। ਕੋਈ ਨਾ ਪੁੱਤ, ਨਹੀਂ ਲਾਉਂਦੇ ਟੀਕਾ ਤੂੰ। ਲੈ ਵੀ ਆ ਦਾਤਰੇ ਨੂੰ ਦੋ ਵਾਰੀ ਕਰਾ ਦਿਆ ਕਰੀ ਦਿਹਾੜੀ 'ਚ, ਚੰਗਾ? ਠੀਕ ਬਈ। ਹਾਂ ਚਲੋ ਆ ਜਾਓ, ਪੰਜ ਨੰਬਰ। ਪੰਜ ਨੰਬਰ ਆ, ਡਾਕਟਰ ਸਾਹਿਬ ਇਹਦੇ ਦੰਦ ਚੈੱਕ ਕਰਿਓ ਯਾਰ। ਮੂੰਹ ਅੱਡ। ਇਹਦੇ ਬਾਈ ਦੰਦ ਕੱਢਣੇ ਪੈਣੇ ਆ। ਗੱਲ ਸੁਣ ਲਾ ਮੇਰੀ, ਦੰਦ ਤਾਂ ਕੱਢ ਦੇ ਪਰ ਦੁੱਖ ਨਹੀਂ ਲੱਗਣਾ ਚਾਹੀਦਾ। ਓ ਭਰਾਵਾ, ਹੁਣ ਜੇ ਦੰਦ ਕਢਾਉਣੇ ਆ ਦੋਤਾ ਲੱਗੂਗਾ ਹੀ, ਗੱਲਾਂ ਵੇਖ ਕੀ ਕਰਦੇ ਆ। ਨੂਰਾ, ਮੇਜ਼ ਤੇ ਚਾਹ ਕੀ ਨਾ ਡੋਲੀ, ਇਹਨੂੰ ਮਾਂ ਬੋਲੀ ਵਿੱਚ ਬਦਲੋ। ਜੀ ਇਹ ਮਤਲਬ ਮੰਮੀ ਭਾਸ਼ਾ ਵਿੱਚ? ਹਾਂ ਪੁੱਤ ਹਾਂ। ਵੇਖ ਅੰਦਰਾ, ਕਰਤਾ ਨਵੀਂ ਚਾਦਰ ਦਾ।